ਕਾਦੀਆਂ ਵਿੱਚ ਅਹਿਮਦਿਆ ਭਾਈਚਾਰੇ ਵੱਲੋਂ ਬਕਰੀਦ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ MLA ਫਤਿਹਜੰਗ ਬਾਜਵਾ ਅਤੇ MLA ਸ਼੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ ਨੇ ਵੀ ਪਹੁੰਚ ਕੇ ਅਹਿਮਦਿਆ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰੇ ਅਤੇ ਸਾਂਝ ਦਾ ਸੰਦੇਸ਼ ਦਿੰਦਾ ਹੈ। ਅੱਜ ਈਦ ਉਲ ਅਜ਼ਹਾ ਹੈ। ਇਸਲਾਮ ਵਿੱਚ ਦੋ ਈਦਾਂ ਹੁੰਦੀਆਂ ਨੇ, ਇੱਕ ਈਦ ਉਲ ਫਿਤਰ ਅਤੇ ਦੂਸਰੀ ਈਦ ਉਲ ਅਜ਼ਹਾ, ਇਹਨੂੰ ਕਿਹਾ ਜਾਂਦਾ ਕੁਰਬਾਨੀ ਦੀ ਈਦ। ਅਸਲ ਦੇ ਵਿੱਚ ਦੋਵੇਂ ਈਦਾਂ ਕੁਛ ਨਾ ਕੁਛ ਕੁਰਬਾਨੀ ਦੇ ਬਾਅਦ ਆਉਂਦੀਆਂ ਨੇ, ਖੁਸ਼ੀ ਦਾ ਦਿਨ ਮਨਾਇਆ ਜਾਂਦਾ। ਈਦ ਉਲ ਫਿਤਰ ਜਿਹੜੀ ਆ ਉਹ ਆਉਂਦੀ ਹੈ ਕਿ ਰਮਜ਼ਾਨ ਦੀ ਇੱਕ ਮਹੀਨੇ ਦੀ ਕਰੜੀ ਤਪੱਸਿਆ ਅਤੇ ਇਬਾਦਤ ਤੋਂ ਬਾਅਦ ਮਨਾਈ ਜਾਂਦੀ ਹੈ। ਔਰ ਈਦ ਉਲ ਅਜ਼ਹਾ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਔਰ ਹਜ਼ਰਤ ਇਸਮਾਈਲ ਅਲੈਹਿ ਸਲਾਤੁ ਵਸਲਾਮ ਨੇ ਅੱਜ ਤੋਂ 4000 ਸਾਲ ਪਹਿਲਾਂ ਜਿਹੜੀ ਕੁਰਬਾਨੀ ਪੇਸ਼ ਕੀਤੀ, ਔਰ ਉਹਨਾਂ ਦੀ ਪਤਨੀ ਨੇ ਹਜ਼ਰਤ ਹਾਜ਼ਰਾ ਨੇ ਵੀ ਕਿ ਇੱਕ ਬਿਲਕੁਲ ਬੇਆਬ ਹੋ ਗਿਆ ਜੰਗਲ ਵਿੱਚ ਰੇਗਿਸਤਾਨ ਵਿੱਚ ਛੱਡ ਦਿੱਤਾ ਸੀ ਰੱਬ ਦੀ ਇਬਾਦਤ ਵਾਸਤੇ, ਉਸ ਇਲਾਕੇ ਨੂੰ ਆਬਾਦ ਕਰਨ ਵਾਸਤੇ ਖੁਦਾ ਦੇ ਹੁਕਮ ਨਾਲ, ਔਰ ਉਹ ਇਲਾਕਾ ਉਹਨਾਂ ਦੀ ਕੁਰਬਾਨੀ ਦੇ ਨਤੀਜੇ ਵਿੱਚ ਆਬਾਦ ਹੋਇਆ। ਅੱਜ ਹਾਜੀ ਉੱਥੇ ਜਾ ਕੇ ਹੱਜ ਵੀ ਕਰਦੇ ਨੇ, ਔਰ ਉਹਨਾਂ ਦੀ ਯਾਦ ਵਿੱਚ ਇਹ ਕੁਰਬਾਨੀ ਦੀ ਈਦ ਮਨਾਈ ਜਾਂਦੀ ਹੈ। ਹਾਜੀ ਉੱਥੇ ਜਾ ਕੇ ਹੱਜ ਕਰਦੇ ਨੇ, ਔਰ ਉਸ ਦਿਨ ਫਿਰ ਕੁਰਬਾਨੀ ਵੀ ਦਿੱਤੀ ਜਾਂਦੀ ਹੈ ਕਿ ਤਾਂ ਕਿ ਜਿਸ ਤਰ੍ਹਾਂ ਇਹ ਇਨਸਾਨ ਅਸਲ 'ਚ ਇਹ ਜਾਨਵਰ ਦੇ ਜ਼ਰੀਆ ਇਨਸਾਨ ਨੂੰ ਇਹ ਯਾਦ ਕਰਿਆ ਜਾਂਦਾ ਕਿ ਜਿਸ ਤਰ੍ਹਾਂ ਇੱਕ ਜਾਨਵਰ ਆਪਣੇ ਮਾਲਿਕ ਵਾਸਤੇ ਆਪਣੀ ਗਰਦਨ ਜਿਹੜੀ ਉਹ ਸੁੱਟ ਦਿੰਦਾ, ਇਸ ਤਰ੍ਹਾਂ ਇਨਸਾਨ ਨੂੰ ਵੀ ਆਪਣੀ ਕੁਰਬਾਨੀ ਵਾਸਤੇ ਹਮੇਸ਼ਾ ਖੁਦਾ ਦੇ ਹਜ਼ੂਰ ਤਿਆਰ ਰਹਿਣਾ ਚਾਹੀਦਾ। ਅੱਜ ਈਦ ਉਲ ਜ਼ੁਹਾ ਕਾ ਦਿਨ ਹੈ, ਜਿਸ ਕੋ ਕੁਰਬਾਨੀਓ ਕੀ ਈਦ ਕਹਾ ਜਾਤਾ ਹੈ। ਇਸ ਈਦ ਕੇ ਮੌਕੇ ਪਰ ਪ੍ਰਦੇਸ਼ ਵਾਸੀਓ ਕੋ ਔਰ ਦੇਸ਼ ਵਾਸੀਓ ਕੋ ਬਹੁਤ ਬਹੁਤ ਦਿੱਲੀ ਮੁਬਾਰਕਬਾਦ ਪੇਸ਼ ਕਰਤੇ ਹੈ ਜਮਾਤ ਅਹਿਮਦੀਆ ਕੀ ਤਰਫ ਸੇ। ਇਹ ਕੁਰਬਾਨੀ ਕੀ ਈਦ, ਇਸ ਮੇਂ ਜਾਨਵਰ ਜ਼ਬਾਹ ਕੀਏ ਜਾਤੇ ਹੈ, ਲੇਕਿਨ ਅਸਲ ਫਲਸਫਾ ਇਸਕਾ ਯੇ ਹੈ ਕਿ ਇਨਸਾਨ ਆਪਣੇ ਨਫਸ ਕੀ ਕੁਰਬਾਨੀ ਅੱਲਾਹ ਕੀ ਖਾਤਿਰ ਕਰਨੇ ਕੇ ਲੀਏ ਤਿਆਰ ਹੈ। ਜਿਸ ਤਰ੍ਹਾਂ ਇੱਕ ਜਾਨਵਰ ਕੇ ਗਲੇ ਪਰ ਛੁਰੀ ਆਪਣੇ ਹੱਥ ਸੇ ਫੇਰਤਾ ਹੈ, ਤੋ ਅੱਲਾਹ ਫਰਮਾਤਾ ਹੈ ਕਿ ਉਸਕਾ ਗੋਸ਼ਤ ਔਰ ਖੂਨ ਖੁਦਾ ਕੋ ਨਹੀਂ ਪਹੁੰਚਤਾ, ਬਲਕਿ ਉਸਕੇ ਪੀਛੇ ਜੋ ਇੰਟੈਂਸ਼ਨ ਹੈ, ਜੋ ਨੀਅਤ ਹੈ, ਜੋ ਜਜ਼ਬਾ ਹੈ, ਵੋ ਖੁਦਾ ਕੋ ਪਹੁੰਚਤਾ ਹੈ। ਤੋ ਬੜੇ ਮੋਟੇ ਮੋਟੇ ਬੜੇ ਬੜੇ ਜਾਨਵਰ, ਕੀਮਤੀ ਜਾਨਵਰ ਲੱਖਾਂ ਰੁਪਏ ਕੇ ਖਰੀਦ ਕੇ ਕੁਰਬਾਨੀ ਕਰਦੇ ਹੈ, ਲੇਕਿਨ ਅਗਰ ਦਿਲ ਮੇ ਵੋ ਜਜ਼ਬਾ ਨਹੀਂ ਔਰ ਖੁਦਾ ਕੀ ਖਾਤਿਰ ਆਪਣੇ ਆਪ ਕੋ ਕੁਰਬਾਨ ਕਰਨੇ ਔਰ ਮਖਲੂਕ ਖੁਦਾ ਕੀ ਹਮਦਰਦੀ ਕਰਨੇ ਕੇ ਲੀਏ ਤਿਆਰ ਨਹੀਂ ਹੋਤਾ। ਹਮਸਾਇਆ ਅਗਰ ਭੂਖਾ ਮਰ ਰਹਾ ਹੋ ਔਰ ਵੋ ਬੜੇ ਬੜੇ ਕੀਮਤੀ ਜਾਨਵਰ ਜ਼ਬਾਹ ਕਰ ਰਹਾ ਹੋ ਤੋ ਵੋ ਕੋਈ ਕੁਰਬਾਨੀ ਨਹੀਂ ਹੈ। ਤੋ ਖੁਦਾ ਕੀ ਭਕਤੀ ਔਰ ਮਖਲੂਕ ਖੁਦਾ ਕੀ ਹਮਦਰਦੀ, ਇਹ ਦੋ ਚੀਜ਼ੇ ਹੈ ਜੋ ਅੱਜ ਕੇ ਈਦ ਕਾ ਦਿਨ ਜੋ ਹੈ ਨਾ, ਇਹ ਹਮੇ ਸਬਕ ਸਿਖਾਤੀ ਹੈ। ਤੋ ਇੱਕ ਮਰਤਬਾ ਫਿਰ ਮੈਂ ਆਪਣੇ ਪੰਜਾਬ ਕੇ ਲੋਕੋਂ ਕੋ ਔਰ ਹਿੰਦੁਸਤਾਨ ਕੇ ਵਾਸੀਓ ਕੋ ਈਦ ਕੀ ਮੁਬਾਰਕਬਾਦ ਕਾ ਪੈਗਾਮ। ਮੈਸੇਜ ਇਹੀ ਹੈ ਕਿ ਹਮੇ ਆਪਸ ਮੇਂ ਪਿਆਰ ਔਰ ਮੁਹੱਬਤ ਕੇ ਸਾਥ ਰਹਿਣਾ ਚਾਹੀਏ, ਔਰ ਹਿੰਦੁਸਤਾਨ ਜੋ ਮੁਖਤਲਿਫ ਰਿਸ਼ੀਓ, ਮੁਨੀਓ, ਅਵਤਾਰੋਂ ਔਰ ਮੁਖਤਲਿਫ ਧਰਮੋਂ ਕਾ ਜੋ ਹੈ ਇਹ ਮੁਲਕ ਹੈ, ਇਸ ਮੇਂ ਆਪਸ ਮੇਂ ਇੱਕ ਦੂਸਰੇ ਕੋ ਪਿਆਰ ਔਰ ਮੁਹੱਬਤ ਸੇ ਰਹਿਣਾ ਚਾਹੀਏ। ਇੱਕ ਦੂਸਰੇ ਕੇ ਰਿਸ਼ੀ, ਮੁਨੀ, ਅਵਤਾਰ, ਇੱਕ ਦੂਸਰੇ ਕੇ ਜੋ ਉਸੂਲ ਹੈ ਉਨਕਾ ਆਦਰ ਕਰਨਾ ਚਾਹੀਏ, ਉਨਕਾ ਸਤਿਕਾਰ ਕਰਨਾ ਚਾਹੀਏ, ਤਭੀ ਆਪਸ ਮੇਂ ਪਿਆਰ ਔਰ ਮੁਹੱਬਤ ਕੇ ਸਾਥ ਹਮਾਰਾ ਦੇਸ਼ ਜੋ ਹੈ ਨਾ ਉਹ ਸਾਰੀ ਦੁਨੀਆ ਕੋ ਲੀਡ ਕਰ ਸਕਦਾ ਹੈ। ਅੱਜ ਕਾਦੀਆਂ ਸ਼ਹਿਰ ਦੇ ਵਿੱਚ ਬਹੁਤ ਹੀ ਪਵਿੱਤਰ ਦਿਹਾੜੇ ਦੇ ਈਦ ਦੇ ਮੌਕੇ 'ਤੇ ਮੈਂ ਆਪਣੇ ਵੱਲੋਂ ਸਮੁੱਚਾ ਸ਼੍ਰੀ ਹਰਗੋਬਿੰਦਪੁਰ ਇਲਾਕਾ ਵਾਸੀਆਂ ਵੱਲੋਂ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬਾਜਵਾ ਸਾਹਿਬ ਫਤਿਹਜੰਗ ਸਿੰਘ ਬਾਜਵਾ ਜੀ ਜਿਹੜੇ ਨਾਇਕ ਕਾਦੀਆਂ, ਉਹਨਾਂ ਨੇ ਬੜੇ ਪਿਆਰ ਨਾਲ ਸਾਰਿਆਂ ਨੂੰ ਗਲੇ ਮਿਲ ਕੇ ਔਰ ਅੱਜ ਈਦ ਦੀ ਵਧਾਈ ਦਿੱਤੀ ਹੈ। ਮੈਂ ਆਪਣੇ ਵੱਲੋਂ ਵੀ ਇਸੇ ਤਰ੍ਹਾਂ ਸਾਰੇ ਮੇਰੇ ਪੱਟੀ ਸਾਹਿਬ ਜਿਹੜੇ ਸੱਖੀ ਸਾਹਿਬ ਸਾਰੇ ਅੱਜ ਜਿੰਨੇ ਭਰਾ ਇੱਥੇ ਕਾਦੀਆਂ, ਇਸ ਤੋਂ ਪਹਿਲਾਂ ਅੱਜ ਸ਼੍ਰੀ ਹਰਗੋਬਿੰਦਪੁਰ ਵੀ ਸਾਰੇ ਆਪਣੇ ਭਾਈਚਾਰੇ ਨੂੰ ਵਧਾਈ ਦੇ ਗਏ ਹੈ। ਅੱਜ ਦਾ ਦਿਨ ਬਹੁਤ ਇੱਕ ਵਧੀਆ ਦਿਨ ਆ ਈਦ ਦਾ, ਜੋ ਕਿ ਅੱਜ ਪੰਜਾਬ ਦੇ ਲੋਕ, ਚਾਹੇ ਮੁਸਲਿਮ ਭਾਈਚਾਰਾ ਹੈ, ਚਾਹੇ ਸਿੱਖ ਭਾਈਚਾਰਾ ਹੈ, ਚਾਹੇ ਹਿੰਦੂ ਹੈ, ਚਾਹੇ ਇਸਾਈ ਹੈ, ਰਲ ਮਿਲ ਕੇ ਜਿਸ ਤਰ੍ਹਾਂ ਅਸੀਂ ਸਾਰੇ ਗੁਰੂਆਂ ਅਤੇ ਪੀਰਾਂ ਦੇ ਪਿਆਰ ਮਨਾ ਰਹੇ ਹਾਂ। ਸੋ ਅੱਜ ਪੂਰਾ ਦੇਸ਼ ਜਿੱਥੇ ਅੱਜ ਈਦ ਮਨਾ ਰਿਹਾ, ਦੇਸ਼ਾਂ ਵਿਦੇਸ਼ਾਂ 'ਚ ਵੀ ਬਾਹਰ ਜਿੱਥੇ ਸਾਡੇ ਮੁਸਲਿਮ ਭਰਾ ਨੇ ਉਹ ਵੀ ਅੱਜ ਈਦ ਮਨਾ ਰਹੇ ਨੇ। ਸੋ ਮੈਂ ਅੱਜ ਦੇ ਦਿਨ 'ਤੇ ਇਹੀ ਗੱਲ ਕਹਾਂਗਾ ਕਿ ਗੁਰਬਾਣੀ ਕਹਿੰਦੀ ਹੈ ਅਵਲ ਅੱਲਾ ਅਨੂਰ ਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ 'ਤੇ ਸਭ ਜਗ ਉਪਜਿਆ, ਕੌਣ ਭਲੇ ਭਲੇ ਬੰਦੇ। ਸੋ ਪਰਮਾਤਮਾ ਨੇ ਸਾਨੂੰ ਇੱਕ ਮਾਲਾ ਦੇ ਮਨਕੇ ਵਾਂਗੂ ਪਰੋ ਕੇ ਸਾਨੂੰ ਮੁੱਖ ਚੋਲੇ ਦੇ ਵਿੱਚ ਭੇਜਿਆ। ਸੋ ਧਰਮਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਾਡਾ ਧਰਮ ਹੈ ਆਪਣੇ ਸੱਚੇ ਧਰਮ ਦੇ ਵਿੱਚ ਰਹਿਣਾ ਚਾਹੀਦਾ। ਸੋ ਮੈਂ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ। ਅੱਜ ਦੇ ਇਸ ਪਵਿੱਤਰ ਤਿਉਹਾਰ 'ਤੇ ਮੈਂ ਸਾਰੇ ਕਾਦੀਆਂ ਨਿਵਾਸੀ ਆਪਣੇ ਭਰਾਵਾਂ ਨੂੰ, ਪੰਜਾਬ ਦੇ ਔਰ ਬਾਹਰ ਮੁਲਕਾਂ 'ਚ ਬੈਠੇ ਹੋਏ ਆਪਣੇ ਮੁਸਲਮਾਨ ਭਰਾਵਾਂ ਨੂੰ ਅੱਜ ਈਦ ਦੇ ਤਿਉਹਾਰ 'ਤੇ ਲੱਖ ਲੱਖ ਮੁਬਾਰਕਬਾਦ ਦਿੰਦਾ।